ਨਹੀਂ ਦੱਸਿਆ ਕਿ ਦੋ ਗੱਡੀਆਂ ਆਪਾਂ ਫਾਲੀਆਂ ਨੇ, ਇੱਕ ਜਿਹੜੀ ਗੱਡੀ ਮੇਨ ਸੀ ਜਿਹਨੇ ਮਤਲਬ ਕਿ ਐਕਸੀਡੈਂਟ ਕੀਤਾ ਸੀ ਉਹ ਗੱਡੀ ਫੜੀ ਨੇ ਗਈ ਕਿਸੇ ਰਸਤੇ 'ਚ ਗਾਇਬ ਹੋ ਗਈ ਕਿਤੇ, ਅਤੇ ਬਾਕੀ ਦੋ ਗੱਡੀਆਂ ਫਾਲੀਆਂ ਗਈਆਂ ਅਤੇ ਮੈਂ ਦੋਵਾਂ ਨੇ ਜਠਾਣੀ ਬੁਲਾਇਆ, ਉਹਨਾਂ ਨੂੰ ਪੁੱਛਾਂਗੇ ਕਿ ਗੱਡੀ ਦਾ ਨੰਬਰ ਕੀ ਸੀ, ਉਹ ਕਹਿੰਦਾ ਇੰਨਾ ਕੁ ਪਤਾ ਲੱਗਾ ਕਿ PB07 ਸੀ, ਅੱਗੇ ਨਹੀਂ ਕੋਈ ਦੱਸ ਰਿਹਾ ਕਿ ਨੰਬਰ ਕਿੰਨਾ ਸੀ। ਅੱਜ ਦੋਵੇਂ ਪਰਿਵਾਰ ਸੱਦੇ ਨੇ ਜਿਹੜੇ ਗੱਡੀਆਂ 'ਚ ਸੀ, ਤਿੰਨ ਗੱਡੀਆਂ ਸੀ, ਦੋ ਫੜੀਆਂ ਗਈਆਂ, ਜਿਹੜੀ ਗੱਡੀ ਐਕਸੀਡੈਂਟ ਕਰਕੇ ਉਹ ਜੇ ਫੜੀ ਨਹੀਂ ਗਈ ਉਹ ਕਹਿੰਦੇ ਆਪਾਂ ਜਲਦੀ ਸੋਰਟ ਆਊਟ ਕਰ ਦਾਂਗੇ। ਕਹੀਏ ਕਿ ਹੁਣ ਸਾਡਾ ਪਿਓ ਚੱਲ ਗਿਆ, ਇਹੀ ਬਸ ਕਹਿਣਾ ਚਾਹੁੰਦੇ ਹਾਂ, ਇਹਦਾ ਕਾਤਲ ਕਾਤਲ ਨੂੰ ਫੜ ਕੇ ਸਜ਼ਾ ਦਿਓ, ਜਿਹੜੀ ਜਿੰਨੀ ਵੀ ਬਣਦੀ ਦੁੱਖ ਦੀ ਘੜੀ ਹੈ ਸਾਡੇ ਉੱਤੇ। ਬੋਲਿਆ ਨਹੀਂ ਜਾਂਦਾ ਅੱਛਾ ਇਨਸਾਨ ਸੀ ਜਸਵੀਰ ਸਿੰਘ, ਪਰ 23 ਤੋਂ ਸਵੇਰੇ 6 ਵਜੇ
ਡਿਊਟੀ ਦੌਰਾਨ ਆਪਣੇ ਮੋਟਰਸਾਰ ਗਿਆ ਸੀਗਾ ਅਤੇ 6:30 ਵਜੇ ਇਹਦਾ ਐਕਸੀਡੈਂਟ ਹੋ ਜਾਂਦਾ ਉੱਥੇ ਸਟੇਸ਼ਨ ਦੇ ਸਾਹਮਣੇ। ਇਹ ਵੀ ਮੌਕੇ 'ਤੇ ਇਹਦੀ ਮੌਤ ਹੋਈ। ਬੜਾ ਬਹੁਤ ਲੋਕਾਂ ਦੇ ਵਿੱਚ ਚੰਗਾ ਪ੍ਰਸਿੱਧ ਸਾਡੇ ਗਾਮ ਵਿੱਚ, ਛੋਟਿਆਂ ਵਿੱਚ ਅਤੇ ਵੱਡਿਆਂ ਵਿੱਚ ਇਹਦਾ ਬਹੁਤ ਰਸੂਖ ਸੀ। ਵਿੱਚ ਰਿਸ਼ਤੇਦਾਰਾਂ ਵਿੱਚ ਵੀ ਆਣ ਕੇ ਦੇਖਣ ਡਿਆ ਵੀ ਕਿੰਨਾ ਪਿਆਰ ਹੈ ਇਹਦਾ, ਜਸਵੀਰ ਇਹ ਸੀਗਾ। ਇਹ ਵੀ ਘੜੀ ਵਿੱਚ ਸ਼ਾਮਿਲ ਹੋਣਾ, ਪਰ ਇਹ ਵਿਸ਼ੋ ਨੇ ਵਾਰ ਨਾਲ ਖੜ੍ਹੇ ਰਹਾਂਗੇ। ਅਸੀਂ ਬੜੀ ਕੋਸ਼ਿਸ਼ ਜਿਹੜੀਆਂ ਸਵੇਰੇ ਸਵੇਰੇ ਬੜੀਆਂ ਫਾਸਟ ਸੀਗੀਆਂ, ਜਦੋਂ ਲੰਘੀਆਂ 3 ਗੱਡੀਆਂ ਬਰਾਬਰ ਲੰਘੀਆਂ ਸੀ। ਅਤੇ ਇਹ ਵੀ ਸੀ ਕੈਮਰੇ ਕੋਈ ਲਾਗੇ ਨਾ ਹੋਣ ਕਰਨਗੇ, ਹਾਲੇ ਸਾਨੂੰ ਪਤਾ ਨਹੀਂ ਲੱਗ ਸਕਿਆ। ਬੜੀ ਜਲਦੀ ਅਸੀਂ ਜਿਹੜੀ ਵੀ ਗੱਡੀ ਇਹਦੇ ਨਾਲ ਹਿੱਟ ਕਰਕੇ ਗਈ, ਇਹਨੂੰ ਜਲਦੀ ਤੋਂ ਜਲਦੀ ਅਸੀਂ ਫੜ ਲਵਾਂਗੇ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਵਾਂਗੇ। ਡਿਪਾਰਟਮੈਂਟ ਜਿਹੜੇ ਵੀ ਬੈਨੀਫਿਟ ਹੁੰਦੇ ਆ ਜੀ ਪਹਿਲ ਦੇ ਆਧਾਰ 'ਤੇ ਜਿਹੜੇ ਆ ਉਹ ਪੂਰੇ ਕੀਤੇ ਜਾਣਗੇ ਜੀ। ਹਾਂਜੀ, ਕੋਈ ਵੀ ਬੱਚਾ ਇੱਕ ਤਾਂ ਏਅਰਫੋਰਸ ਵਿੱਚ ਹੈਗਾ ਜੀ, ਲੜਕੀ ਉਹਨਾਂ ਦੀ ਜਵਾਨ ਹੈਗੀ, ਅਗਰ ਡਿਪਾਰਟਮੈਂਟ ਵਿੱਚ ਪਹੁੰਚ ਆਉਂਦੀ ਪਹਿਲ 13 ਜਿਹੜਾ ਭਰਤੀ ਕੀਤਾ ਜੀ। ਹਾਂਜੀ, ਨੌਕਰੀ ਕਿਹਦੀ? 30-32 ਹੋ ਗਈ ਸਰ, 4 ਸਾਲ ਦੀ, 3 ਸਾਲ ਦੀ ਨੌਕਰੀ ਰਹਿੰਦੀ ਸੀ ਅਸੀਂ। ਬੋਲਣਾ ਵੀ ਸਾਡਾ ਇੱਕ ਵਧੀਆ ਪੁਲਿਸ ਅਫਸਰ ਐਕਸੀਡੈਂਟ ਵਿੱਚ ਸ਼ਹੀਦ ਹੋ ਗਿਆ, ਅੱਜ ਉਹਦਾ ਸਤਿਕਾਰ 'ਤੇ ਪਹੁੰਚਿਆ। ਸਾਰੀਆਂ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਆਪਣੇ, ਪਹਿਲਾਂ ਤਾਂ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਸ਼ਰੀਕ ਹੋਣ ਆਏ ਨੇ। ਬਾਕੀ ਸਾਰੀ ਜ਼ਿੰਦਗੀ ਇਨਸਾਨ ਸਾਡੇ ਦਸੂਹੇ ਦੇ ਵਿੱਚ, ਤਕਰੀਬਨ 25 ਸਾਲ ਲਗਭਗ ਹੋ ਗਿਆ ਇਹਨੂੰ, ਉੱਥੇ ਨੌਕਰੀ ਕਰਦਾ। ਬੜੀ ਇਮਾਨਦਾਰੀ ਨਾਲ, ਬੜੀ ਵਫਾਦਾਰੀ ਨਾਲ ਇਹ ਲੋਕਾਂ ਨਾਲ ਵਿੱਚ ਦਾ ਬੜਾ ਪਿਆਰ ਇਹਨੇ ਵੰਡਿਆ ਆਪਣੇ ਉਸ ਇਲਾਕੇ ਦੇ ਵਿੱਚ ਵੀ। ਸੋ ਸਰਕਾਰ ਵੱਲੋਂ ਮੈਂ MLA ਸਾਹਿਬ ਨਾਲ ਵੀ ਹੁਣੇ ਮੇਰੀ ਗੱਲ ਹੋਈ ਸੀ, ਉਹਨਾਂ ਨੇ ਕਿਹਾ ਜੋ ਸਰਕਾਰ ਦੀਆਂ ਇਨਫੋਰਮੇਸ਼ਨ ਗਾਈਡਲਾਈਨ ਹੈਗੀਆਂ ਉਹਦੇ ਮੁਤਾਬਕ ਜੋ ਬਣਦਾ ਇਹਨਾਂ ਦਾ ਮਾਨ ਸਤਿਕਾਰ ਹੈ ਉਹ ਸਰਕਾਰ ਵੱਲੋਂ ਦਿੱਤਾ ਜਾਵੇਗਾ। ਇਨਸਾਨ ਨੂੰ ਵਾਪਸ ਤਾਂ ਨਹੀਂ ਕੀਤਾ ਜਾ ਸਕਦਾ, ਪਰ ਜੋ ਵੀ ਸਰਕਾਰ ਵੱਲੋਂ ਹਦਾਇਤਾਂ ਨੇ, ਜੋ ਵੀ ਸਰਕਾਰ ਨੇ ਪੋਲਿਸੀ ਬਣਾਈਆਂ ਨੇ, ਉਹ ਪੋਲਿਸੀ ਦੇ ਮੁਤਾਬਕ ਯਤਨ ਕਰਨਗੇ ਇਕੱਠੇ ਹੋ ਕੇ ਸਾਰੇ ਜਿੰਨੇ ਵੀ ਰਾਜਨੀਤਿਕ ਲੋਕ ਨੇ, ਵੀ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਨ ਸਤਿਕਾਰ ਜਿਹੜਾ ਦਿੱਤਾ ਜਾਵੇ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਿਛਲੇ ਦਿਨੀ ਜੋ ਬਹੁਤ ਹੀ ਮੰਦਭਾਗੀ ਘਟਨਾ ਦਸੂਹੇ ਵਿੱਚ, ਸਾਡੇ ਭਰਾ ਜਸਵੀਰ ਸਿੰਘ ASI ਜੋ ਆਪਣੀ ਡਿਊਟੀ ਤੋਂ ਵਾਪਸ ਆਉਂਦੇ ਹੋਏ ਕਾਰ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ, ਅਤੇ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਉਹਨਾਂ ਦਾ ਦੇਹਾਂਤ। ਅੱਜ ਅਸੀਂ ਸਾਰੇ ਪੂਰੇ ਇਲਾਕੇ ਤੋਂ ਸਾਰੇ ਇੱਥੇ ਇਕੱਠੇ ਹੋ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਆਏ, ਉਹਨਾਂ ਵਿੱਚ ਹਾਜ਼ਰ ਹੋਣ ਆਏ ਹਾਂ। ਮੈਂ ਆਪਣੇ ਵੱਲੋਂ, ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਪਰਿਵਾਰ ਨਾਲ ਦਿਲ ਦੀਆਂ ਗਹਿਰਾਈਆਂ ਨੂੰ ਦਰਦ ਦੁੱਖ ਪ੍ਰਗਟ ਕਰਦਾ, ਅਰਦਾਸ ਕਰਦਾ ਕਿ ਪਰਮਾਤਮਾ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇਗਾ, ਕਿਉਂਕਿ ਬੱਚੇ ਛੋਟੇ ਛੋਟੇ ਨੇ। ਬਹੁਤ ਹੀ ਦੁਖਦਾਈ ਘਟਨਾ ਹੈ, ਅਸਹਿਣਸ਼ੀਲ ਹੈਗਾ ਕੰਮ ਸਾਰਾ, ਲੇਕਿਨ ਪਰਮਾਤਮਾ ਸਾਨੂੰ ਹੌਸਲਾ ਦੇਵੇਗਾ, ਤਸੱਲੀ ਦੇਵੇਗਾ, ਤਾਂ ਕਿ ਅਸੀਂ ਸਾਰੇ ਪਰਿਵਾਰ ਵਾਲੇ, ਭੈਣ ਭਰਾ, ਰਿਸ਼ਤੇਦਾਰ, ਯਾਰ ਦੋਸਤ ਇਸ ਪਰਮਾਤਮਾ ਦੇ ਭਾਣੇ ਨੂੰ ਮੰਨ ਸਕੀਏ। ਸਰਕਾਰ ਵੱਲੋਂ ਜੋ ਵੀ ਇਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਦੇ ਮੁਤਾਬਕ ਜੋ ਵੀ ਬੰਦਾ ਹੋਏਗਾ ਸਰਕਾਰ ਵੱਲੋਂ ਸਾਰਾ ਪਰਿਵਾਰ ਦੀ ਸਹਾਇਤਾ ਦਿੱਤਾ ਜਾਏਗਾ, ਉਹਨਾਂ ਦਾ ਹੱਕ ਹੈ, ਕੋਈ ਕਿਸੇ ਨੇ ਕੁਛ ਕਰਨਾ ਨਹੀਂ ਹੈ, ਸਰਕਾਰ ਉਹਨਾਂ ਦੀ ਪੂਰੀ ਮਦਦ ਕਰੇਗੀ।